ਆਪਣੀਆਂ ਪ੍ਰਿਤੀਆਂ ਨੂੰ ਜੋੜਦਿਆਂ ਹੋਇਆਂ ਮੁੱਖ ਰਸਨਾ ਪਵਿੱਤਰ ਕਰੀਏ। ਪ੍ਰੇਮ ਸਹਿਤ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਤਸੰਗਤ ਦਾ ਇਹ ਭਾਗਾ ਭਰਿਆ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਉਚੇਚੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਮਦਮੀ ਟਕਸਾਲ ਇਟਲੀ ਔਰ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਨਾਲ ਗੁਰਮੁਖਾਂ ਪਿਆਰਿਆਂ ਵੱਲੋਂ ਇਹ ਜੋ ਸਮਾਗਮ ਉਡੀਕੇ ਗਏ ਅਕਾਲ ਉਸਤਤ ਸਮਾਗਮ, ਅੱਜ ਆਪਾਂ ਗੁਰਚਰਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਸਫਲਿਆ ਕਰ ਰਹੇ ਹਾਂ। ਅਕਾਲ ਉਸਤਤ ਦਸਮ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਇੱਕ ਬਾਣੀ ਹੈ। ਇਸ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤ ਉਸਤਤ ਸਤਿਗੁਰੂ ਮਹਾਰਾਜ ਜੀ ਨੇ ਕੀਤੀ ਔਰ ਇਸੇ ਦੇ ਬਾਣੀ ਦਾ ਨਾਮ ਵੀ ਅਕਾਲ ਉਸਤਤ ਹੀ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀ ਦਾਰ ਆਪਾਂ ਕਰੀਏ, ਇੱਕ ਓਅੰਕਾਰ ਤੋਂ 18-10-20 ਤੱਕ ਜਿੰਨੀ ਅੰਮ੍ਰਿਤ ਰੂਪ ਬਾਣੀ ਹੈ ਸਾਰੀ ਹੀ ਸਤਿਗੁਰੂ ਜੀ ਨੇ ਤਿਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿੱਚ ਹੀ ਉਚਾਰਨ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਦਸਮ ਪਾਤਸ਼ਾਹ ਜੀ ਦੇ ਪਾਵਨ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਬਾਣੀ ਕੋਈ ਵੱਖ ਨਹੀਂ, ਇੱਕੋ ਹੀ ਵਿਚਾਰਧਾਰਾ ਹੈ, ਇੱਕੋ ਹੀ ਉਪਦੇਸ਼ ਹੈ, ਇੱਕ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਿਰਣਾ ਹੈ। ਮੇਰੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੰਸਾਰ ਵਿੱਚ ਆਏ, ਪ੍ਰਕਾਸ਼ ਹੋਇਆ ਔਰ ਸੰਸਾਰ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਜੋ ਉਪਦੇਸ਼ ਮਹਾਰਾਜ ਜੀ ਨੇ ਉਚਾਰਨ ਕੀਤਾ ਉਹ ਕਾਵਿ ਰੂਪ ਵਿੱਚ ਬਾਣੀ ਉਚਾਰਨ ਕਰਕੇ ਬਖਸ਼ਿਆ, ਇਹ ਆਪਾਂ ਸਾਰੇ ਜਾਣਦੇ ਹਾਂ। ਕਲਗੀਧਰ ਪਿਤਾ ਜੀ ਦੇ ਵਿਚਿੱਤਰ ਨਾਟਕ ਵਿੱਚ ਪਾਵਨ ਬਚਨ ਨੇ ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜਹ ਕਹਿ ਭਏ ਸਹਾਏ, ਤਿੰਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ। ਸਿੱਖ ਧਰਮ ਦੀ ਆਰੰਭਤਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤੀ, ਉਪਦੇਸ਼ ਉਚਾਰਨ ਕੀਤਾ ਪਾਵਨ ਬਾਣੀ ਉਚਾਰਨ ਕਰਕੇ। ਔਰ ਬਾਣੀ ਵੀ ਕੋਈ ਐਸੀ ਨਹੀਂ ਕਿ ਇੱਕ ਸਧਾਰਨ ਕਿਸਮ ਦੀ ਇੱਕ ਕੋਈ ਕਵਿਤਾ ਹੋਵੇ, ਕਾਵਿ ਰਚਨਾ ਹੋਵੇ, ਬਲਕਿ ਸਤਿਗੁਰਾਂ ਨੇ ਆਪ ਫੁਰਮਾਇਆ, ਹਉ ਆਪਹੁ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਵੋ ਜੀਓ। ਭਾਈ ਲਾਲੋ ਜੀ ਹੋਰਾਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਏਮਨਾਬਾਦ ਸੈਦਪੁਰ ਵਿਖੇ ਵੀ ਇਹੀ ਬਚਨ ਸਤਿਗੁਰੂ ਜੀ ਨੇ ਕਹੇ, ਜੈਸੇ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਸਤਿਗੁਰੂ ਮਹਾਰਾਜ ਜੀ ਨੇ ਸੰਸਾਰ ਦੀਆਂ ਚਾਰ ਲੰਮੀਆਂ ਯਾਤਰਾ ਕੀਤੀਆਂ,
ਜਿਨ੍ਹਾਂ ਨੂੰ ਆਪਾਂ ਚਾਰ ਉਦਾਸੀਆਂ ਆਖਦੇ ਹਾਂ। ਚੌਹਾਂ ਉਦਾਸੀਆਂ ਦੌਰਾਨ ਸਤਿਗੁਰਾਂ ਦਾ ਸਮਾਜ ਦੇ ਤਕਰੀਬਨ ਹਰੇਕ ਵਰਗ ਦੇ ਨਾਲ, ਹਰੇਕ ਕਿਸਮ ਦੇ ਪ੍ਰਾਣੀ ਦੇ ਨਾਲ ਮਿਲਾਪ ਹੋਇਆ। ਕਿਧਰੇ ਆਮ ਸਧਾਰਨ ਪੱਧਰ ਦੀ ਜ਼ਿੰਦਗੀ ਜਿਉਣ ਵਾਲੇ ਲੋਕ, ਕਿਧਰੇ ਸਧਾਰਨ ਪੱਧਰ ਤੋਂ ਨੀਵੇਂ ਪੱਧਰ ਦੀ ਜ਼ਿੰਦਗੀ ਜਿਉਣ ਵਾਲੇ ਲੋਕ, ਜਿਵੇਂ ਕੋਈ ਚੋਰ ਹਨ, ਡਾਕੂ ਹਨ, ਲੁਟੇਰੇ ਹਨ, ਤੇ ਕਿਧਰੇ ਜਿਹੜਾ ਆਮ ਸਮਾਜਿਕ ਪੱਧਰ ਆਮ ਆਦਮੀ ਦਾ ਜੀਵਨ ਹੈ, ਇਹਨਾਂ ਨਾਲੋਂ ਆਪਣੇ ਜੀਵਨ ਨੂੰ ਉੱਚੇ ਦੱਸਣ ਵਾਲੇ ਲੋਕ, ਧਰਮ ਦਾ ਦਾਵਾ ਕਰਨ ਵਾਲੇ ਲੋਕ ਕਿ ਆਪਾਂ ਧਰਮੀ ਹਾਂ ਤੇ ਆਮ ਸਮਾਜ ਦੇ ਪੂਜਣ ਯੋਗ ਹਾਂ, ਇਹਨਾਂ ਤਿੰਨਾਂ ਹੀ ਵਰਗਾਂ ਦੇ ਲੋਕਾਂ ਨੂੰ ਸਤਿਗੁਰੂ ਜੀ ਮਿਲੇ, ਤਿੰਨਾਂ ਹੀ ਵਰਗਾਂ ਦੇ ਲੋਕਾਂ ਵਿੱਚੋਂ ਸਤਿਗੁਰੂ ਮਹਾਰਾਜ ਜੀ ਨੇ ਭਰਮ ਭੁਲੇਖੇ ਕੱਢੇ, ਅਖੌਤੀ ਧਰਮੀਆਂ ਨੂੰ ਸੱਚੇ ਧਰਮੀ ਬਣਾਇਆ, ਸਧਾਰਨ ਪੱਧਰ ਤੇ ਜ਼ਿੰਦਗੀ ਜਿਉਣ ਵਾਲਿਆਂ ਨੂੰ ਵੀ ਪਰਮਾਤਮਾ ਦੇ ਨਾਮ ਨਾਲ ਜੋੜਿਆ, ਤੇ ਨੀਵੀਂ ਵਿਚਾਰਧਾਰਾ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦੇ ਕੋਲੋਂ ਵੀ ਬੁਰੇ ਅਤੇ ਮੰਦ ਕਰਮ ਛਡਾ ਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਪਰਮਾਤਮਾ ਦੇ ਨਾਮ ਦਾ ਉਪਦੇਸ਼ ਬਖਸ਼ਿਆ। ਇਤਿਹਾਸ ਸੰਗਤਾਂ ਸਭ ਜਾਣਦੀਆਂ ਨੇ ਤੇ ਜਿੱਥੇ ਜਿੱਥੇ ਵੀ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਆ, ਪਾਵਨ ਬਾਣੀ ਉਚਾਰਨ ਕਰਕੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਹਿਲੇ ਪੰਜੇ ਸਰੂਪ, ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਪੰਜਾਂ ਸਰੂਪਾਂ ਵਿੱਚ ਇਹ ਬਾਣੀ ਦਾ ਮਹਾਨ ਖਜ਼ਾਨਾ ਲਗਾਤਾਰ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਤੀਸਰੇ ਪਾਤਸ਼ਾਹ ਦੇ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਦੁਨੀਆਂ ਵਿੱਚ ਬਾਣੀਆਂ ਦਾ ਅੰਤ ਕੋਈ ਨਹੀਂ। ਜੇ ਬਾਣੀ ਲਫ਼ਜ਼ ਦੀ ਆਪਾਂ ਵਿਚਾਰ ਕਰੀਏ, ਬਾਣੀ ਦਾ ਮਤਲਬ ਕੀ ਹੈ? ਆ ਜੋ ਮੂੰਹੋਂ ਅਸੀਂ ਬੋਲਦੇ ਹਾਂ, ਵਿਆਕਰਣ ਵਿੱਚ ਇਸ ਨੂੰ ਵੀ ਬਾਣੀ ਕਿਹਾ ਜਾਂਦਾ ਹੈ। ਆਮ ਤੌਰ ਤੇ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਨਾ ਕਿ ਬੋਲ ਬਾਣੀ ਚੰਗੀ ਹੋਣੀ ਚਾਹੀਦੀ ਹੈ। ਮੂੰਹੋਂ ਨਿਕਲੇ ਬਚਨ ਨੂੰ ਬਾਣੀ ਕਿਹਾ ਜਾਂਦਾ ਹੈ। ਖਾਸ ਤੌਰ ਤੇ ਜੋ ਕਿਸੇ ਰਚਨਾ ਦਾ ਕੋਈ ਕਵੀ ਜਾਂ ਕੋਈ ਵਿਦਵਾਨ ਉਚਾਰਨ ਕਰੇ, ਉਸ ਬੋਲ ਨੂੰ, ਉਸ ਬਚਨ ਨੂੰ ਉਸ ਵਿਅਕਤੀ ਦੀ ਬਾਣੀ ਕਹਿੰਦੇ ਨੇ। ਹਿੰਦੁਸਤਾਨ ਦੀ ਧਰਤੀ ਉੱਪਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪਹਿਲਾਂ ਵੇਦ ਬਾਣੀ ਵੀ ਮੌਜੂਦ ਹੈ ਤੇ ਉਸ ਵੇਦ ਬਾਣੀ ਵਿੱਚੋਂ ਹੀ ਵੱਖੋ ਵੱਖਰੇ ਵਿਦਵਾਨਾਂ, ਰਿਸ਼ੀਆਂ, ਮੁਨੀਆਂ ਦੁਆਰਾ ਨਿਕਲੇ ਹੋਏ ਗ੍ਰੰਥ, 27 ਸਿਮਰਤੀਆਂ, 6 ਸ਼ਾਸਤਰ, 18 ਪੁਰਾਣ, ਅਨੇਕਾਂ ਉਪਨਿਖਦਾਂ, ਭਗਵਤ ਗੀਤਾ ਵਰਗੇ ਗ੍ਰੰਥ ਜਿਨ੍ਹਾਂ ਨੂੰ ਦੇਵ ਬਾਣੀਆਂ ਕਿਹਾ ਉਹਨਾਂ ਲੋਕਾਂ ਨੇ, ਇਹ ਵੀ ਮੌਜੂਦ ਸਨ। ਫਿਰ ਆਪਾਂ ਤੱਕਦੇ ਹਾਂ ਅਰਬ ਦੇਸ਼ਾਂ ਵਿੱਚੋਂ ਮੁਸਲਮਾਨਾਂ ਦੇ ਜਾ ਕੇ ਪਹਿਲਾਂ ਪਠਾਣਾਂ ਨੇ ਤੇ ਬਾਅਦ ਵਿੱਚ ਮੁਗਲਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਰਾਜ ਭਾਗ ਆਪਣਾ ਕਾਇਮ ਕੀਤਾ। ਉਹ ਆਪਣੇ ਪੈਗੰਬਰ ਮੁਹੰਮਦ ਜੀ ਦੀ ਜੋ ਬਾਣੀ ਹੈ, ਭਾਵ ਉਹਨਾਂ ਦੀ ਰਚਨਾ, ਉਹਨਾਂ ਦੀਆਂ ਉਚਾਰਨ ਕੀਤੀਆਂ ਆਇਤਾਂ, ਇਹ ਕੁਰਾਨ ਬਾਣੀ ਕਹੀ ਜਾਂਦੀ ਹੈ। ਉਹ ਹਿੰਦੁਸਤਾਨ ਵਿੱਚ ਲੈ ਕੇ ਗਏ, ਪ੍ਰਚਲਿਤ ਹੋਈ। ਈਸਾ ਜੀ ਦਾ ਉਪਦੇਸ਼ ਬਾਈਬਲ ਦੇ ਵਿੱਚੋਂ ਪੜ੍ਹਨ ਸੁਣਨ ਨੂੰ ਮਿਲਦਾ ਹੈ। ਹੋਰ ਅਨੇਕਾਂ ਵਿਦਵਾਨਾਂ ਨੇ, ਅਨੇਕਾਂ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਕੀਤੀਆਂ, ਪਰ ਮਹਾਰਾਜ ਕਹਿੰਦੇ ਜੋ ਗੁਰੂ ਕੀ ਬਾਣੀ ਹੈ, ਬਾਣੀਆਂ ਸਿਰ ਬਾਣੀ, ਸਾਰੀਆਂ ਬਾਣੀਆਂ ਦੀ ਸ਼੍ਰੋਮਣੀ ਬਾਣੀ ਹੈ। ਕਿਉਂ? ਕਿਉਂਕਿ ਧੁਰ ਕੀ ਬਾਣੀ ਆਈ, ਇਹ ਧੁਰ ਤੋਂ ਆਈ ਹੈ। ਪ੍ਰੇਮ ਪਟਰਾਨੀ ਸਿਆਣੀ, ਗਿਆਨ ਕੀ ਜਨਨ ਜਾਨੀ, ਗੁਣੀ ਭਨੀ ਬਾਣੀ ਤਾਂ ਕਿ ਗੁਰੂ ਗੁਰਬਾਣੀ ਹੈ। ਜਿੰਨੀਆਂ ਵੀ ਗੁਣੀਆਂ ਪੁਰਸ਼ਾਂ ਨੇ ਬਾਣੀਆਂ ਉਚਾਰਨ ਕੀਤੀਆਂ, ਗੁਰਬਾਣੀ ਸਾਰਿਆਂ ਦੀ ਗੁਰੂ ਹੈ। ਔਰ ਪੰਚਮ ਪਾਤਸ਼ਾਹ ਜੀ ਨੇ ਹੀ ਮਹਾਨ ਉਪਰਾਲਾ ਕਰਦਿਆਂ ਹੋਇਆਂ ਪੰਜਾਂ ਹੀ ਸਰੂਪਾਂ ਦੀ ਪਾਵਨ ਬਾਣੀ ਨੂੰ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੰਪਾਦਨਾ ਕੀਤੀ। ਔਰ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਾਉਂਦਿਆਂ ਹੋਇਆਂ
ਕੇਵਲ ਆਪਣੇ ਪੰਜਾਂ ਸਰੂਪਾਂ ਦੀ ਹੀ ਬਾਣੀ ਨਹੀਂ ਬਲਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਉਹ ਭਗਤ ਜਿਨ੍ਹਾਂ ਨੇ ਹਿੰਦੁਸਤਾਨ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਇਹ ਕਰਵਾਇਤ ਕੇ ਸਰਗੁਣ ਦੀ ਉਪਾਸ਼ਨਾ ਦੇਵੀ ਦੇਵਤਿਆਂ ਦੀ ਪੂਜਾ ਮੂਰਤੀਆਂ ਦੀ ਪੂਜਾ ਉਸ ਉਪਾਸ਼ਨਾ ਤੋਂ ਪਾਸੇ ਹਟ ਕੇ ਜਿਨ੍ਹਾਂ ਨੇ ਨਿਰਾਕਾਰ ਦੀ ਉਪਾਸ਼ਨਾ ਕੀਤੀ ਇੱਕ ਪਰਮਾਤਮਾ ਦੀ ਭਗਤੀ ਕੀਤੀ ਔਰ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਪਰਮਾਤਮਾ ਨਾਲ ਇੱਕ ਮਿੱਕ ਹੋਏ ਉਹਨਾਂ ਭਗਤਾਂ ਦੀ ਬਾਣੀ ਨੂੰ ਵੀ ਸਤਿਗੁਰੂ ਜੀ ਨੇ ਸਤਿਕਾਰ ਦਿੱਤਾ। ਭਗਤ ਕਬੀਰ ਜੀ ਇਤਿਹਾਸਿਕ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਕੀਤੀ। ਪਾਠ ਰਚਨਾ ਵੀ ਹੈ, ਗੁਰਸਿੱਖਾਂ ਦੀ ਰਚਨਾ ਵੀ ਹੈ, ਜੋ ਗੁਰਬਾਣੀ ਦੇ ਆਸ਼ੇ ਮੁਤਾਬਕ ਮੇਲ ਖਾਣ ਵਾਲੀ ਭਗਤਾਂ ਦੀ ਬਾਣੀ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਰਾਬਰ ਦਾ ਸਤਿਕਾਰ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। 6ਵੇਂ 7ਵੇਂ ਔਰ 8ਵੇਂ ਸਰੂਪ ਵਿੱਚ ਬਾਣੀ ਦੀ ਰਚਨਾ ਨਹੀਂ ਹੋਈ ਬਲਕਿ ਪ੍ਰਚਾਰ ਹੋਇਆ। ਹਾਂ, ਇੰਨਾ ਜ਼ਰੂਰ ਹੈ, ਜਦ ਮੇਰੇ ਪੀਰੇ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਸ਼ਾਂਤ ਰਸ ਦੀ ਰੱਖਿਆ ਦੇ ਵਾਸਤੇ ਵੀਰ ਰਸ ਨੂੰ ਪਾਉਣ ਅੰਦਰ ਜਾਗਰਤ ਕੀਤਾ, ਮੀਰੀ ਪੀਰ ਦਾ ਸਿਧਾਂਤ ਕਾਇਮ ਕੀਤਾ, ਢਾਡੀ ਵਾਰਾਂ ਦਾ ਪ੍ਰਚਲਨ ਸੂਰਮਿਆਂ ਦਾ ਲਹੂ ਗਰਮਾਉਣ ਵਾਸਤੇ ਆਰੰਭ ਹੋਇਆ, ਉਦੋਂ ਕੁਝ ਖਾਸ ਖਾਸ ਜਿਹੜੇ ਪ੍ਰਸੰਗ ਸਨ ਉਹਨਾਂ ਦੀਆਂ 9 ਧੁਨਾਂ ਗੁਰਬਾਣੀ ਦੀਆਂ ਵਾਰਾਂ ਵਿੱਚ 6ਵੇਂ ਪਾਤਸ਼ਾਹ ਜੀ ਨੇ ਦਰਜ ਕੀਤੀਆਂ। ਬਾਕੀ ਪ੍ਰਚਾਰ ਕੀਤਾ, ਪ੍ਰਸਾਰ ਕੀਤਾ ਔਰ ਇਉਂ ਸਤਿਗੁਰੂ ਮਹਾਰਾਜ ਦੇ ਉਪਦੇਸ਼ ਨੂੰ ਹੋਰ ਸੋਹਣੇ ਤਰੀਕੇ ਨਾਲ ਦ੍ਰਿੜ ਕਰਵਾਇਆ। 9ਵੇਂ ਸਰੂਪ ਵਿੱਚ ਫਿਰ ਬਾਣੀ ਦੀ ਰਚਨਾ ਔਰ ਉਹ ਸਾਰੀ ਬਾਣੀ ਹੀ ਵੈਰਾਗ ਰੂਪ। ਔਰ ਫਿਰ 10ਵੇਂ ਪਾਤਸ਼ਾਹ ਜੀ ਨੇ 9ਵੇਂ ਪਾਤਸ਼ਾਹ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਦਿਆਂ ਹੋਇਆਂ ਅਜੋਕਾ ਜੋ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਸਾਡੇ ਸਾਹਮਣੇ ਲਿਆ ਕੇ ਸਾਡੇ ਉੱਪਰ ਮਹਾਨ ਬਖਸ਼ਿਸ਼ ਕੀਤੀ। 10ਵੇਂ ਪਿਤਾ ਜੀ ਦੇ ਜੀਵਨ ਨੂੰ ਪੜ੍ਹੀਏ ਤੇ ਵਿਚਾਰੀਏ, ਇੱਕ ਇੱਕ ਪਲ 10ਵੇਂ ਪਾਤਸ਼ਾਹ ਦੇ ਜੀਵਨ ਦਾ ਸੰਘਰਸ਼ਮਈ ਹੈ। 9 ਸਾਲ ਦੀ ਉਮਰ ਦੇ ਵਿੱਚ ਪਿਤਾ